ਪੰਜਾਬ ਕਾਂਗਰਸ ਦੀ ਲੀਡਰਸ਼ਿਪ ਅੱਜਕਲ ਦੁਵਿਧਾ ਵਿੱਚ ਹੈ ਮਸਲਾ ਕਾਫੀ ਗੰਭੀਰ ਹੈ ਇਸ ਤੋਂ ਵੀ ਅਹਿਮ ਗੱਲ ਇਹ ਹੈ ਕਿ ਇਹ ਮਸਲਾ ਕਿਸੇ ਹੋਰ ਨੇ ਨਹੀਂ ਬਲਕਿ ਪਾਰਟੀ ਦੀ ਆਪਣੀ ਹੀ ਦਿੱਲੀ ਵਿੱਚ ਬੈਠੀ ਟਾਪ ਲੀਡਰਸ਼ਿਪ ਨੇ ਖੜਾ ਕੀਤਾ ਹੈ ਦਰਸਲ ਪਿਛਲੇ ਹਫਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਸਮੇਤ ਦੇਸ਼ ਦੀਆਂ 26 اپੋਜੀਸ਼ਨ ਪਾਰਟੀਆਂ ਨੇ ਇਕੱਠੀਆਂ ਮਿਲ ਕੇ ਚੋਣ ਲੜਨ ਦਾ ਮਨਸੂਬਾ ਤਿਆਰ ਕੀਤਾ ਹੈ ਇਸ ਦੇ ਲਈ ਬਣਾਏ ਗਏ ਅਲਾਈਅੰਸ ਨੂੰ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਈਅੰਸ ਜਾਂ ਸੰਖੇਪ ਵਿੱਚ ਜੇ ਕਹੀਏ ਤੇ ਆਈ NDIA ਦਾ ਨਾਂ ਦਿੱਤਾ ਹੈ ਤੇ ਇਸ ਦੇ ਨਾਲ ਹੀ ਪੰਜਾਬ ਕਾਂਗਰਸ ਦੀ ਮੁਸੀਬਤਾਂ ਵਿੱਚ ਇੱਕ ਹੋਰ ਮੁਸੀਬਤ ਦਾ ਵਾਅਦਾ ਹੋ ਗਿਆ ਹੈ ਇਸ ਦੇ ਵਿੱਚ ਤਾਂ ਕੋਈ ਦੋਹਰਾਏ ਹੀ ਨਹੀਂ ਕਿ ਪਾਰਟੀ ਦੀ ਸੁਭਾਈ ਲੀਡਰਸ਼ਿਪ ਆਮ ਆਦਮੀ ਪਾਰਟੀ ਦੇ ਨਾਲ ਕਿਸੇ ਵੀ ਕਿਸਮ ਦਾ ਚੌਣ ਸਮਝੌਤਾ ਕਰਨ ਦੇ ਖਿਲਾਫ ਹੈ ਪਰ ਜੇ ਸਮਝੌਤਾ ਕੋਮੀ ਪੱਧਰ ਤੇ ਹੋਵੇਗਾ ਤੇ ਉਸ ਦਾ ਅਸਰ ਪੰਜਾਬ ਤੇ ਹੋਣਾ ਲਾਜ਼ਮੀ ਹੈ ਇਹੀ وجہ ਹੈ ਕਿ INDI A ਯਾਨੀ اپੋਜੀਸ਼ਨ ਪਾਰਟੀਆਂ ਦੇ ਇਸ ਗ੍ਰੈਂਡ ਅਲਾਈਅੰਸ ਨੇ ਪੰਜਾਬ ਕਾਂਗਰਸ ਅੱਗੇ ਇੱਕ ਵੱਡੀ ਤੇ ਗੁੰਜਲਦਾਰ ਚੁਣੌਤੀ ਪੇਸ਼ ਕਰ ਦਿੰਦੀ ਹੈ ਇਸ ਮਸਲੇ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਵੱਖ-ਵੱਖ ਆਗੂਆਂ ਦੇ ਜਿਹੜੇ ਬਿਆਨ ਆਏ ਨੇ ਉਹਨਾਂ ਵਿੱਚ ਇਹ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਹੋਣ ਦੀ ਗੱਲ ਸੋਚੀ ਵੀ ਨਹੀਂ ਜਾ ਸਕਦੀ ਇਸ ਨੂੰ ਲੈ ਕੇ ਪੰਜਾਬ ਕਾਂਗਰਸ ਨੇ 4 ਦਿਨ ਪਹਿਲਾਂ ਇੱਕ ਬੈਠਕ ਵੀ ਬੁਲਾਈ ਸੀ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਹੋਈ ਇਸ ਬੈਠਕ ਵਿੱਚ ਵਿਧਾਨ ਸਭਾ ਵਿੱਚ ਲੀਡਰ ਆਫ ਓਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਡਿਪਟੀ ਲੀਡਰ ਡਾਕਟਰ ਰਾਜਕੁਮਾਰ ਸਾਬਕਾ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਅਤੇ ਸਾਬਕਾ ਮੰਤਰੀ ਬ੍ਰह्म ਮਹਿੰਦਰਾ ਸੁਖਜਿੰਦਰ ਸਿੰਘ ਰੰਦਾਵਾ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਭਾਰਤ ਪੂਸ਼ਨ ਆਸ਼ੂ ਅਤੇ ਅਰੁਣਾ ਚੌਧਰੀ ਸਮੇਤ ਕਈ ਹੋਰ ਲੀਡਰਾਂ ਨੇ ਹਿੱਸਾ ਲੇਤਾ ਸੀ ਬੈਠਕ ਦੌਰਾਨ ਸਾਰਿਆਂ ਨੇ ਸਰਵ ਸੰਮਤੀ ਦੇ ਨਾਲ ਆਮ ਆਦਮੀ ਪਾਰਟੀ ਨਾਲ ਕਿਸੇ ਵੀ ਤਰ੍ਹਾਂ ਦਾ ਰਿਸ਼ਤਾ ਬਣਾਉਣ ਦੇ ਵਿਚਾਰ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਸੀ ਬੈਠਕ ਦੌਰਾਨ ਇਹ ਫੈਸਲਾ ਵੀ ਕੀਤਾ ਗਿਆ ਕਿ ਇਸ ਮਾਮਲੇ ਨੂੰ ਲੈ ਕੇ ਰਾਜਾ ਵੜਿੰਗ ਪ੍ਰਤਾਪ ਬਾਜਵਾ ਤੇ ਬਾਕੀ ਵੱਡੇ ਲੀਡਰ ਦਿੱਲੀ ਜਾ ਕੇ ਆਲਾ ਕਮਾਨ ਅੱਗੇ ਇਹ ਸਪਸ਼ਟ ਕਰਨ ਪੰਜਾਬ ਵਿੱਚ ਆਪ ਨਾਲ ਗਠਬੰਧਨ ਸਵੀਕਾਰ ਨਹੀਂ ਕੀਤਾ ਜਾਵੇਗਾ ਇਸ ਮੀਟਿੰਗ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਫ਼ ਤੌਰ ਤੇ ਕਿਹਾ ਕਿ ਕਾਂਗਰਸ ਪੰਜਾਬ ਵਿੱਚ ਮੁੱਖ ਵਿਰੋਧੀ ਪਾਰਟੀ ਹੈ ਤੇ ਪੰਜਾਬ ਵਿੱਚ ਚੱਲ ਰਹੇ ਆਮ ਆਦਮੀ ਪਾਰਟੀ ਦੇ ਕੁਸ਼ਾਸਨ ਨੂੰ ਖਤਮ ਕਰਨ ਲਈ ਇਸ ਦਾ ਸੰਘਰਸ਼ ਮੁਸਲਸਲ ਜਾਰੀ ਰਹੇਗਾ ਪਰ ਨਾਲ ਹੀ ਵੜਿੰਗ ਨੇ ਇਹ ਵੀ ਕਿਹਾ ਕਿ ਆਈਐਨਡੀਆ ਭਾਜਪਾ ਅਤੇ ਆਰਐਸਐਸ ਦੀ ਆਈਡੀਓਲੋਜੀ ਦੇ ਖਿਲਾਫ اپੋਜੀਸ਼ਨ ਪਾਰਟੀਆਂ ਇੱਕ ਮੰਚ ਤੇ ਇਕੱਠੀਆਂ ਹੋਈਆਂ ਨੇ ਤੇ ਇਸ ਨੂੰ ਐਲਾਈਅנס ਨਹੀਂ ਕਹਿਣਾ ਚਾਹੀਦਾ ਵੜਿੰਗ ਮੁਤਾਬਕ ਕਾਂਗਰਸ ਨੇ ਦਿੱਲੀ ਲਈ ਲਿਆਏ ਗਏ ਕੇਂਦਰ ਸਰਕਾਰ ਦੇ ਆਰਡੀਨੈਂਸ ਦਾ ਵਿਰੋਧ ਸਿਧਾਂਤਿਕ ਤੌਰ ਤੇ ਕੀਤਾ ਹੈ ਨਾ ਕਿ ਕੇਜਰੀਵਾਲ ਦੀ ਮਦਦ ਲਈ ਕਾਂਗਰਸ ਦੇ ਸੂਬਾ ਪ੍ਰਧਾਨ ਆਪਣੇ ਬਿਆਨਾਂ ਰਾਹੀਂ ਇਸ ਮਾਮਲੇ ਨੂੰ ਕਿੰਨਾ ਵੀ ਕਮਾਉਣ ਦੀ ਕੋਸ਼ਿਸ਼ ਕਰਨ ਬਾਕੀ ਪਾਰਟੀਆਂ ਨੂੰ ਕਾਂਗਰਸ ਦੀ ਕੇਰੇਬੰਦੀ ਕਰਨ ਦਾ ਇੱਕ ਸੁਨਹਿਰਾ ਮੌਕਾ ਜ਼ਰੂਰ ਮਿਲ ਗਿਆ ਹੈ ਸੁਨੀਲ ਜਾਖੜ ਤੋਂ ਲੈ ਕੇ ਵਿਕਰਮਜੀਤ ਸਿੰਘ ਮਜੀਠੀਆ ਤੇ ਸੁਖਪੀਰ ਸਿੰਘ ਬਾਦਲ ਤੱਕ ਕਾਂਗਰਸ ਉੱਤੇ ਤੰਜ਼ ਕਰ ਰਹੇ ਨੇ ਜਾਖੜ ਨੇ ਟਵੀਟ ਕਰਕੇ ਪੁੱਛਿਆ ਹੈ ਕਿ ਹੁਣ ਕਾਂਗਰਸ ਨੂੰ ਪੰਜਾਬ ਵਿੱਚ ਰੂਲਿੰਗ ਪਾਰਟੀ ਕਿਹਾ ਜਾਵੇ ਜਾਂ ਕੀ اپੋਜੀਸ਼ਨ ਪਾਰਟੀ ਮਜੀਠੀਆ ਨੇ ਤੇ ਕਾਂਗਰਸ ਵਿਧਾਨਕਾਰਾਂ ਨੂੰ ਟ੍ਰੇਜਰੀ ਬੈਂਚਾਂ ਤੇ ਬਿਠਾਉਣ ਦੀ ਮੰਗ ਵੀ ਕਰ ਦਿੱਤੀ ਹੈ ਸੁਖਵੀਰ ਸਿੰਘ ਬਾਦਲ ਨੇ ਸੂਬਾ ਕਾਂਗਰਸ ਦੇ ਤੁਲਨਾ ਪੁਤਲੀ ਘਰ ਵਿੱਚ ਪਰਫਾਰਮ ਕਰਨ ਵਾਲੀਆਂ ਕਟਪੁਤਲੀਆਂ ਨਾਲ ਕੀਤੀ ਹੈ ਇਹ ਸਾਰੇ ਮਾਮਲੇ ਵਿੱਚ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਤੋਂ ਆਪਣੀ ਅਲੱਗ ਟੱਪਲੀ ਵਜਾਉਂਦੇ ਹੋਏ ਨਜ਼ਰ ਆ ਰਹੇ ਨੇ ਆਪਣੇ ਟਵੀਟ ਵਿੱਚ ਸਿੱਧੂ ਨੇ ਆਈਐਨਡੀ ਆਈਏਡੀ ਪ੍ਰਸ਼ੰਸਾ ਕੀਤੀ ਹੈ ਸਿੱਧੂ ਮੁਤਾਬਕ ਇਹ ਲੜਾਈ ਸੰਵਿਧਾਨਿਕ ਕਦਰਾਂ ਕੀਮਤਾਂ ਦੀ ਲੜਾਈ ਹੈ ਤੇ ਇਹ ਸਮਾਂ ਹੈ ਕਿ ਆਪਣੇ ਸਵਾਰਥ ਤੋਂ ਉੱਤੇ ਉੱਠ ਕੇ ਦੇਸ਼ ਇਤ ਲਈ ਕੁਝ ਫੈਸਲੇ ਲیتے ਜਾਣ ਪਰ ਸਿੱਧੂ ਦੇ ਬਿਆਨ ਦੇ ਨਾਲ ਕਾਂਗਰਸ ਦੀ ਦੁਬਿਧਾ ਦਾ ਕੋਈ ਹੱਲ ਨਿਕਲੇਗਾ ਇਸ ਦੀ ਉਮੀਦ ਨਾ ਦੇ ਬਰਾਬਰ ਹੈ